ਲੋ ਜੀ ਮਿੱਤਰੋ ਲਿਆਂਦਾ ਆਪਾਂ ਨੇ ਸੋਨੀ ਦਾ ਕੈਮਰਾ, ਪੂਰੀ ਓਕੇ ਗੱਲਬਾਤ ਹੈ ਜੀ। ਹਾਂ ਨਵਾਂ ਕੈਮਰਾ ਲਿਆਂਦਾ ਸੋਨੀ ਦਾ, ਕਿਹੜਾ ਗਾ ਬਾਈ? ਸਿੱਧੂ ਮੂਸੇਵਾਲੇ ਦਾ ਗਾਣਾ ਗਾ, ਕਹਿੰਦਾ ਵੀ ਜੁੱਸੇ ਤੇ ਜਵਾਨੀ ਹੈ ਤੇ ਜੇਬਾਂ ਵਿੱਚ ਨੋਟ ਹੈ। ਦੇਖੋ ਬਾਬੇ ਆਪਣੇ ਨਾ ਜੇਬਾਂ ਦੇ ਵਿੱਚ ਨੋਟ ਦੇ ਦੇਖੋ ਪੂਰੇ ਨੇ, ਪਰ ਨਾ ਹੀ ਅੱਜ ਚੱਲ ਜਾਣਗੇ ਕਿਉਂਕਿ ਅੱਜ ਆਪਾਂ ਲੈਣ ਚੱਲਾਂਗੇ ਸੋਨੀ ਦਾ ਕੈਮਰਾ A7 III ਵਿਦ 1635 ਜੀ ਮਾਸਟਰ। ਅਤੇ ਪਰ ਨਾ ਅੱਜ ਆਪਣਾ ਖਰਚਾ ਹੋਊਗਾ ਲਗਭਗ 4 ਲੱਖ ਦੇ ਆਸ ਪਾਸ, ਕਿਉਂਕਿ ਅੱਜ ਆਪਾਂ ਲੈ ਕੇ ਆਵਾਂਗੇ ਕੈਮਰਾ, ਮੈਂ ਅਤੇ ਭਾਈ ਦੋਨੇ ਲੈ ਕੇ ਆਵਾਂਗੇ, ਅਤੇ ਨਾਲ ਆਪਣੇ ਜਾਊਗਾ ਆਪਣਾ ਕਲਸੀ ਬਾਈ, ਠੀਕ ਆ? ਅਤੇ ਲਾਈਕ ਕਰਿਓ, ਸ਼ੇਅਰ ਕਰਿਓ ਐਂਡ ਫੋਲੋ ਕਰਿਓ, ਅਤੇ ਵਲੋਗ ਪੂਰਾ ਘੈਂਟ ਰੱਖੋ ਕਿਉਂਕਿ ਬਹੁਤ ਜ਼ਿਆਦਾ ਮਿਹਨਤ ਲੱਗੀ ਹੋਈ ਆ ਪੈਸੇ ਕਮਾਉਣ ਦੇ ਉੱਪਰ, ਅਤੇ ਅੱਜ ਆਪਾਂ ਖਰਚ ਕੇ ਆਵਾਂਗੇ, ਅਤੇ ਅੱਜ ਆਪਾਂ ਜਾਵਾਂਗੇ ਲੁਧਿਆਣਾ ਸ਼ਹਿਰ ਦੇ ਵਿੱਚ। ਲਾਈਕ ਕਰ ਲਿਓ, ਸ਼ੇਅਰ ਕਰ ਲਿਓ ਐਂਡ ਫੋਲੋ ਕਰ ਲਿਓ। ਅਤੇ ਆਪਾਂ ਜੀ ਇੱਕ ਹੋਰ ਕਲਿੱਪ ਐਡ ਕਰ ਰਹੇ ਹਾਂ ਜਿਹਦੇ ਵਿੱਚ ਮੈਂ ਗੱਲਾਂ ਭੰਨਿਆ ਸੀਗਾ, ਤੁਸੀਂ ਉਹ ਵੀ ਦੇਖਿਓ, ਅਤੇ ਉਸ ਤੋਂ ਬਾਅਦ ਆਪਾਂ ਸ਼ੁਰੂ ਕਰਦੇ ਹਾਂ ਵਲੋਗ ਅੱਗੇ ਦਾ ਜੀ। ਇਹ ਬਣਦੇ ਕੈਮਰਾ ਲਿਆਵਾਂਗੇ ਇਹਨਾਂ ਦਾ, ਵੈਸੇ ਸਾਰਿਆਂ ਦਾ ਨਹੀਂ ਆਉਣਾ, ਇਹ ਤਾਂ ਹਾਲੇ ਹੋਣਗੇ ਲਗਭਗ 20% ਹੋਊਗਾ ਹਾਲੇ। ਨੂਰ ਨੇ ਮੇਰੇ ਪੈਸੇ ਦੱਬਲੇ, ਨੂਰ ਨੇ ਮੇਰੇ ਪੈਸੇ ਦੱਬਲੇ। ਐਸਟੀਮੇਟ ਆਪਣਾ ਵੀ ਇਹਦੇ ਵਿੱਚੋਂ ਨਿਕਲਣਗੇ ਲਗਭਗ 20 ਤੋਂ ਲੈ ਕੇ 30 ਕੁ ਹਜ਼ਾਰ ਦੇ ਆਸ ਪਾਸ, ਬਾਕੀ ਦੇਖਦੇ ਹਾਂ ਕਿ ਇਹ ਨਾ ਲਗਭਗ ਆਪਣੇ ਸਾਲ ਦੇ ਵਿੱਚ ਪਏ ਨੇ ਗੱਲੇ 'ਚ, ਕਿਉਂਕਿ ਨਾ ਮੈਂ ਇੰਨੇ ਮਤਲਬ ਕਿ ਸੋਚਿਆ ਸੀਗਾ ਇਹਦੀ ਕੋਈ ਵੱਡੀ ਚੀਜ਼ ਲੈ ਕੇ ਆਵਾਂਗੇ, ਆਪਾਂ ਇਹਦਾ ਕੈਮਰਾ ਲੈ ਕੇ ਆ ਰਹੇ ਹਾਂ ਜਿਹਦੀ ਕੋਈ ਕੋਸਟ ਹੈਗੀ ਲਗਭਗ 4 ਲੱਖ ਦੇ ਆਸ ਪਾਸ। ਐਸਟੀਮੇਟ ਸਾਨੂੰ ਕਿੰਨੇ ਹੋਣਗੇ? 50-60 ਹਜ਼ਾਰ। ਮੈਂ ਤਾਂ ਲਾਇਆ ਸੀਗਾ ਵੀ 30 ਕੁ ਹਜ਼ਾਰ ਹੋਊਗਾ ਇਹ। ਬੰਦਾ ਜਾ ਬਾਕੀ ਮੌਕੇ ਦੀ ਗੱਲ ਆ ਨਾ, ਗਿਣਨ ਤੇ ਆਏ ਨਾ, ਚਲੋ ਗਿਣਦੇ ਆ ਬਾਕੀ। ਕਿੰਨਾ ਨੇ? 50 ਹਜ਼ਾਰ ਹੋ ਗਿਆ, ਸੋਚਿਆ ਨਹੀਂ ਸੀ ਮੈਨੇ ਵੀ ਹੋਊਗਾ 50 ਹਜ਼ਾਰ। 53 ਹਜ਼ਾਰ ਦੇ ਆਸ ਪਾਸ ਨਿਕਲਿਆ ਗੱਲੇ ਚੋਂ, ਚਲੋ ਤੇ ਹੁਣ ਲਗਭਗ 3.5-4 ਲੱਖ ਆਊਗਾ ਕੈਮਰਾ। 3.5-4 ਲੱਖ ਕੁਛ ਵੀ ਨਹੀਂ ਇਹ। ਲਓ ਜੀ ਮਿੱਤਰ, ਫਾਈਨਲੀ ਆਪਾਂ ਨੇ ਗੱਲਾਂ ਭੰਨ ਲਿਆ, ਤੇ ਜੀ ਆਪਣੇ ਗੱਲੇ ਤੋਂ ਨਿਕਲਿਆ ਲਗਭਗ 50-1 ਨਿਕਲਿਆ, 500-1 ਨਿਕਲਿਆ, ਤੇ 2801 ਨਿਕਲਿਆ, ਮਤਲਬ ਕਿ ਸੇਮ ਗੱਲੇ ਦੇ ਵਿੱਚੋਂ ਲਗਭਗ 53 ਹਜ਼ਾਰ ਦੇ ਕੁਛ ਆਸ ਪਾਸ ਹੈਗਾ। ਮੈਨੇ ਜੀ ਐਸਟੀਮੇਟ ਲਗਾਇਆ ਸੀ ਲਗਭਗ 25-30 ਕੁ ਹਜ਼ਾਰ ਦਾ, ਪਰ ਮੈਥੋਂ ਮਤਲਬ ਕਿ ਵੱਧ ਹੀ ਨਿਕਲ ਗਏ, ਤੇ ਚਲੋ ਯਾਰ ਚੰਗੀ ਗੱਲ ਆ ਯਾਰ, ਕਿਉਂਕਿ ਮਿਹਨਤ ਕਰਦੇ ਹਾਂ ਬੜੀ, ਲਗਭਗ ਸਾਲ ਵਾਂਗੂ ਹੋ ਗਿਆ ਪੈਸੇ ਇਕੱਠੇ ਕਰਦੇ ਨੂੰ। ਤੇ ਆਪਾਂ ਜੀ ਕੈਮਰਾ ਲੈਣਾ ਹੈਗਾ ਸੋਨੀ ਦਾ A7 III ਵਿਦ 1635 ਜੀ ਮਾਸਟਰ, ਤੇ ਵਿਦ ਗਿੰਬਲ ਵਗੈਰਾ ਲਗਾ ਕੇ, ਤੇ ਬਾਕੀ ਹੋਰ ਲੈਂਜ ਵਗੈਰਾ ਹੋਣਗੇ, ਤੇ ਲਗਭਗ 4 ਲੱਖ ਤੋਂ ਥੋੜ੍ਹਾ ਪਲੱਸ ਹੀ ਹੋਊਗਾ ਜੀ। ਤੁਹਾਡੇ ਵਾਸਤੇ ਹੋਰ ਕੁਆਲਿਟੀ ਲੈ ਕੇ ਆਵਾਂਗੇ, ਤੇ ਤੁਸੀਂ ਬਣੇ ਰਹੋ, ਤੇ ਆਪਾਂ ਕੈਮਰਾ ਲੈ ਕੇ ਆਵਾਂਗੇ ਬਹੁਤ ਛੇਤੀ। ਹਾਲੇ ਤਾਂ ਲਗਭਗ 50 ਕੁ ਹਜ਼ਾਰ ਹੋਰ ਘੱਟਦਾ ਗਾ, ਤੇ ਉਹ ਪਹਿਲਾਂ ਉਹ ਇਕੱਠੇ ਕਰ ਲਈਏ, ਲਗਭਗ 1-2 ਮਹੀਨੇ ਲੱਗ ਜਾਣਗੇ, ਫਿਰ ਆਪਾਂ ਲੈ ਕੇ ਆਵਾਂਗੇ। ਲਓ ਜੀ ਮਿੱਤਰੋ, ਕੱਢ ਲਈ ਆਪਾਂ ਨੇ ਹੁਣ ਗੱਡੀ ਬਾਹਰ, ਤੇ ਆਪਾਂ ਹੁਣ ਚੱਲ ਜਾਂਦੇ ਸਿੱਧਾ ਸੋਨੀ ਦੇ ਸਟੋਰ ਦੇ ਵਿੱਚ ਕੈਮਰਾ ਲੈਣ ਵਾਸਤੇ। ਲਓ ਜੀ ਮਿੱਤਰੋ, ਚੱਲਦੇ ਆਪਾਂ ਹੁਣ ਲੁਧਿਆਣੇ ਨੂੰ, ਚੱਲੀਏ ਫਿਰ। ਲਓ ਜੀ ਮਿੱਤਰੋ, ਚੱਲਿਆ ਜੀ ਆਪਾਂ ਹੁਣ ਸਿੱਧਾ ਕੈਮਰਾ ਲੈਣ ਵਾਸਤੇ, ਤੇ ਐਂਡ ਤੱਕ ਇੰਜੋਏ ਕਰਿਓ। ਮੂਡ ਖਰਾਬ ਹੋ ਗਿਆ, ਕੰਮ ਪੁੱਠਾ ਹੋ ਗਿਆ। ਹਾਂਜੀ ਮਿੱਤਰੋ, ਲਿਆਂਦਾ ਜੀ ਆਪਣੇ ਫਾਈਨਲੀ ਸੋਨੀ ਦਾ ਕੈਮਰਾ, ਤੇ ਨੀਚੇ ਵਧਾਈਆਂ ਪੱਕਾ ਦੇ ਦਿਓ। ਅੱਛਾ, ਬਹੁਤ ਹੈਵੀ ਕੈਮਰਾ, ਕੀ ਕਹਿੰਦਾ ਸੀ? ਪਰ ਹੈਵੀ ਬਹੁਤ ਆ।
ਲਓ ਵੀ ਮਿੱਤਰੋ ਫਾਈਨਲੀ ਆਪਾਂ ਆ ਗਏ ਸੀ ਜੀ ਕੈਮਰਾ ਲੈ ਕੇ ਤੇ ਜੀ ਕੈਮਰਾ ਜੀ ਪੂਰਾ ਓਕੇ ਰਿਪੋਰਟ ਆ ਸੋਨੀ ਦਾ A73 ਵਿਦ 1635 ਜੀ ਮਾਸਟਰ ਠੀਕ ਆ ਅਤੇ ਆਪਾਂ ਜੀ ਹੁਣ ਚੱਲ ਜਾਂਗੇ ਘਰੇ ਅਤੇ ਵੈਸੇ ਅਸੀਂ ਹੁਣ ਘਰੇ ਆ ਗਏ ਸੀਗੇ ਅਤੇ ਆਪਾਂ ਖੋਲ੍ਹਦੇ ਗੇਟ ਅਤੇ ਫਿਰ ਆਪਾਂ ਘਰੇ ਦਿਖਾਉਂਦੇ ਕੈਮਰਾ ਹਾਂ ਨਵਾਂ ਕੈਮਰਾ ਲਿਆਂਦਾ ਸੋਨੀ ਦਾ ਕਿਹੜਾ ਗਾ ਸੋਨੀ ਦਾ A73 ਕਹਦੇ A73 ਵਿਦ 1635 2.8 ਜੀ ਮਾਸਟਰ ਠੀਕ ਆ ਲਓ ਜੀ ਮਿੱਤਰੋ ਫਾਈਨਲੀ ਆਪਾਂ ਪਹੁੰਚ ਗਏ ਘਰੇ ਅਤੇ ਆਪਾਂ ਹੁਣ ਕੈਮਰਾ ਖੋਲ੍ਹ ਦਿਆਂਗੇ ਅਤੇ ਕਰਦੇ ਹਾਂ ਸਟਾਰਟ ਆ ਗਏ ਪੈਸੇ ਬੁੱਕ ਕਿਵੇਂ ਆ ਗਏ ਮੈਂ ਕਿਹਾ ਪੈਸੇ ਲਾ ਕੇ ਹੋਰ ਆ ਪੜੀ ਹਲਾ ਤੂੰ ਤਾਂ ਹਲਾ ਗਿੰਬਲ ਦਾ ਬੈਗ ਛੋਟੂ ਇਹ ਲੈਂਜ ਆਏ ਨਹੀਂ ਹੁੰਦਾ ਉਹ ਅੱਗੇ ਪਿੱਛੇ ਹਾਂ ਹਾਂ ਵਾਓ ਕੇ ਬੰਦ ਕਰ ਦੇ ਹਾਂਜੀ ਮਿੱਤਰੋ ਦੇਖ ਲਿਆ ਜੀ ਵਲੌਗ ਅਤੇ ਹੁਣ ਕੈਮਰਾ ਦੇਖ ਲਓ ਅਤੇ ਵੈਸੇ ਆਪਣੇ ਜੀ ਪਹਿਲਾਂ ਅਨਬੋਕਸ ਕਰਤਾ ਸੀਗਾ ਪਰ ਇੱਕ ਵਾਰ ਆਪਾਂ ਫਿਰ ਕਰ ਦਈਏ ਅਤੇ ਇਹਦੇ ਵਿੱਚ ਦੇਖੋ ਸਾਰਾ ਸਮਾਨ ਆਪਣੇ ਤੁਹਾਡੇ ਸਾਹਮਣੇ ਜੀ ਇਹ ਆ ਜੀ ਆਪਣੇ ਕੋਲ ਲੈਂਸ ਅਤੇ ਬਾਕੀ ਚਾਰਜਰ ਹੋ ਗਿਆ ਅਤੇ ਬਾਕੀ ਆਹ ਕੈਰੀ ਬੈਗ ਹੋ ਗਿਆ ਅਗਰ ਜੀ ਆਪਾਂ ਗੱਲਬਾਤ ਕਰੀਏ ਆਪਣੇ ਕੈਮਰਾ ਦੀ ਫੁੱਲ ਕੋਸਟ ਦੀ ਆਪਣੀ ਕੋਸਟ ਲਗਭਗ 4 ਲੱਖ ਦੇ ਅਰਾਊਂਡ ਚੱਲ ਜੂਗੀ ਅਤੇ ਵਿਦ ਐਕਸੈਸਰੀਜ਼ ਅਤੇ ਵਿਦ ਐਕਸਟਰਾ ਲੈਂਸ ਲਗਾ ਕੇ ਕੁਛ ਲਓ ਜੀ ਮਿੱਤਰੋ ਸਭ ਤੋਂ ਪਹਿਲਾਂ ਇੱਕ ਵਾਰ ਆਪਾਂ ਲੈਂਸ ਆਪਾਂ ਤੁਹਾਨੂੰ ਦਿਖਾ ਦਈਏ ਆਪਣੇ ਕੋਲ ਆ ਗਿਆ ਜੀ 1635 ਜੀ ਮਾਸਟਰ 2.8 ਵੈਸੇ ਮੈਨੇ ਪਹਿਲਾਂ ਬਹੁਤ ਵਾਰ ਬੋਲਤਾ ਚਲੋ ਇੱਕ ਵਾਰ ਦੁਬਾਰਾ ਸੁਣ ਲਓ ਅਤੇ ਲਓ ਜੀ ਮਿੱਤਰੋ ਤੁਹਾਡੇ ਸਾਹਮਣੇ ਜੀ ਅਤੇ ਵਿਦ ਇਹਦੇ ਨਾਲ ਇੱਕ ਕੈਰੀ ਬੈਗ ਵੀ ਮਿਲਦਾ ਅਤੇ ਇਹਦੇ ਵਿੱਚ ਨਾਲ ਇੱਕ ਹੁੱਡ ਮਿਲਦਾ ਅਤੇ ਮੈਟਲ ਦੀ ਬੋਡੀ ਹੁੰਦੀ ਹੈ ਅਤੇ ਵਿਦ ਵੈਦਰ ਸੀਲਿੰਗ ਦੇ ਨਾਲ ਲੈਂਸ ਆਉਂਦਾ ਗਾ ਤੁਹਾਡੇ ਸਾਹਮਣੇ ਜੀ ਫੁੱਲ ਪ੍ਰੀਮੀਅਮ ਹੁੰਦਾ ਲੈਂਸ ਅਤੇ ਲਓ ਜੀ ਮਿੱਤਰੋ ਕੁਝ ਚੈੱਕ ਬਾਕੀ ਆਪਾਂ ਛੇਤੀ ਛੇਤੀ ਦਿਖਾ ਦਈਏ ਅਤੇ ਆਪਾਂ ਨੇ ਹੋਰ ਵੀ ਬਾਕੀ ਮਤਲਬ ਕਿ ਸਮਾਨ ਦਿਖਾਉਣਾ ਗਾ ਜੀ ਮਾਸਟਰ ਠੀਕ ਹੈ ਜੀ ਅਤੇ ਲਓ ਜੀ ਮਿੱਤਰੋ ਆਪਾਂ ਇਹਨੂੰ ਇੱਕ ਵਾਰ ਰੱਖ ਦਈਏ ਅਤੇ ਹੁਣ ਜੀ ਵਾਰੀ ਹੈਗੀ ਆਪਣੇ ਕੋਲ ਕੈਮਰਾ ਦੀ ਅਤੇ ਕੈਮਰਾ ਬੈਗ ਦੇ ਵਿੱਚ ਦੇਖੋ ਹੁੰਦਾ ਕੀ ਆ ਅਤੇ ਇੱਕ ਜੀ ਇਹਦੇ ਨਾਲ ਆਪਾਂ ਨੂੰ ਮਿਲਦਾ ਜੀ ਫ੍ਰੀ 64 GB ਦਾ ਕਾਰਡ ਲਓ ਜੀ ਮਿੱਤਰੋ ਹੁਣ ਆਪਣੇ ਕੋਲ ਵਾਰੀ ਹੈਗੀ ਲਾਸਟ ਦੇ ਉੱਪਰ ਚਮਤਕਾਰੀ ਬਾਬਾ ਦੀ ਚਮਤਕਾਰੀ ਬਾਬਾ ਕਿਹੜਾ ਲਓ ਜੀ ਮਿੱਤਰੋ ਕਰੋ ਚੈੱਕ ਆਪਣੇ ਕੋਲ ਆ ਗਈ ਸੋਨੀ A73 ਦੀ ਬੋਡੀ ਮੈਟਲ ਦੀ ਬੋਡੀ ਹੈ ਅਤੇ ਵਿਦ EVF ਵੀ ਹੈਗਾ ਇਹਦੇ ਵਿੱਚ ਠੀਕ ਹੈ ਜੀ ਅਤੇ ਆਪਣੇ ਕੋਲ ਹੁਣ ਸਾਰਾ ਸਮਾਨ ਹੋ ਗਿਆ ਜੀ ਕੰਪਲੀਟ ਅਤੇ ਚਾਰਜਰ ਰਹਿ ਗਿਆ ਆਪਾਂ ਤੁਹਾਨੂੰ ਚਾਰਜਰ ਵੀ ਦਿਖਾ ਦਈਏ ਕਿਉਂਕਿ ਬੈਟਰੀਆਂ ਦੇ ਨਾਲ ਹੀ ਕੈਮਰਾ ਚੱਲਣਾ ਗਾ ਅਤੇ ਆਪਾਂ ਨੇ ਇੱਕ ਐਕਸਟਰਾ ਕਾਰਡ ਵੀ ਲਿਆ ਸੀ 128 GB ਦਾ ਅਤੇ ਇੱਕ 64 GB ਦਾ ਨਾਲ ਮਿਲਿਆ ਸੀ ਆਪਾਂ ਨੇ ਵਿੱਚ ਹੀ ਪਾ ਕੇ ਰੱਖਿਆ ਸਾਰਾ ਕੁਛ ਅਤੇ ਆਹ ਡਾਕੂਮੈਂਟੇਸ਼ਨ ਆ ਗਿਆ ਕੁਛ ਚਾਰਜਰ ਦੇ ਵਿੱਚ ਵੀ ਦੇਖੋ ਇੰਨਾ ਕੁਛ ਪਾਇਆ ਅਤੇ ਆਪਣੇ ਕੋਲ ਆ ਗਿਆ ਚਾਰਜਰ ਸੋਨੀ ਦਾ ਲਓ ਜੀ ਮਿੱਤਰੋ ਲਾਈਕ ਸ਼ੇਅਰ ਐਂਡ ਫੋਲੋ ਕਰ ਲਿਓ ਨਹੀਂ ਮੈਂ ਗੁੱਸੇ ਹੋ ਜਾਊਗਾ ਲਓ ਜੀ ਮਿੱਤਰੋ ਹੁਣ ਆਪਾਂ ਸ਼ੂਟ ਕਰ ਰਹੇ ਹਾਂ ਆਪਣੇ ਸੋਨੀ A73 ਤੋਂ ਵਿਦ 1635 ਜੀ ਮਾਸਟਰ 2.8 ਅਤੇ ਜੀ ਤੁਹਾਨੂੰ ਕੁਆਲਿਟੀ ਕਿਵੇਂ ਲੱਗੀ ਇੱਕ ਵਾਰ ਕਮੈਂਟਾਂ ਦੇ ਵਿੱਚ ਪੱਕਾ ਦੇ ਦਿਓ ਅਤੇ ਵਧਾਈਆਂ ਦਾ ਪੱਕਾ ਦੇ ਹੀ ਦਿਓ ਠੀਕ ਆ ਅਤੇ ਲਾਈਕ ਸ਼ੇਅਰ ਐਂਡ ਫੋਲੋ ਕਰ ਲਿਓ ਅਤੇ ਜੀ ਆਪਾਂ ਹੁਣ ਵਲੌਗ ਮਤਲਬ ਕਿ ਫੋਨ ਦੇ ਨਾਲ ਹੀ ਕਰਾਂਗੇ ਕਿਉਂਕਿ ਨਾ ਇਹ ਕੈਮਰਾ ਮੈਨੇ ਮਤਲਬ ਕਿ 2 ਮਿੰਟ ਹੀ ਚੱਕਿਆ ਅਤੇ ਮੈਨੂੰ ਬਹੁਤ ਜ਼ਿਆਦਾ ਹੈਵੀ ਲੱਗ ਰਿਹਾ ਕਿਉਂਕਿ ਨਾ ਲੈਂਸ ਵੀ ਬਹੁਤ ਹੈਵੀ ਆ ਅਤੇ ਜਿਹੜਾ ਕੈਮਰਾ ਉਹ ਵੀ ਬਹੁਤ ਜ਼ਿਆਦਾ ਹੈਵੀ ਆ ਇਹਦੀ ਬੋਡੀ ਕਿਉਂਕਿ ਸਾਰਾ ਕੁਛ ਮੈਟਲ ਦਾ ਹੋ ਗਿਆ ਅਤੇ ਮੇਰੇ ਨਾਲ ਬਾਹਰ ਥੱਲੇ ਥੱਲੇ ਜਾ ਰਹੀ ਆ ਅਤੇ ਪਰ ਕੁਆਲਿਟੀ ਪੂਰੀ ਓਕੇ ਰਿਪੋਰਟ ਆ ਅਤੇ ਅਗਰ ਮੈਂ ਜੀ ਫੁੱਲ ਜ਼ੂਮ ਕਰਾਂ ਇਹਦਾ ਆਪਣਾ 35 mm ਇਹ ਇਹ ਹੋ ਗਿਆ 35 mm ਹੋ ਗਿਆ ਆਪਣਾ ਵਿਦ 2.8 ਇਹ ਤਾਂ ਵੀ ਮਤਲਬ ਕਿ ਬਹੁਤ ਜ਼ਿਆਦਾ ਵਾਈਡ ਹੋਊਗਾ ਅਤੇ ਮੈਂ ਕੋਈ ਮਾਈਕ ਨਹੀਂ ਲਗਾਇਆ
ਤੇ ਮੈਂ ਫੁੱਲ ਕਰ ਲੈਣਾ ਆਪਣਾ 16 ਤੇ, ਕਿਉਂਕਿ ਆਪਾਂ 16 ਵਾਸਤੇ ਲਿਆ ਤੇ ਹੁਣ ਆਪਾਂ ਐਡ ਵਗੈਰਾ ਇਹਦੇ ਉੱਪਰ ਹੀ ਕਰਿਆ ਕਰਾਂਗੇ ਆਪਣੇ ਸੋਨੀ A7 III ਤੇ ਵਿਦ 1635 ਜੀ ਮਾਸਟਰ 2.8 ਮਤਲਬ। ਤੇ ਜੀ ਮਾਸਟਰ ਸਭ ਤੋਂ ਮਤਲਬ ਕਿ ਬੈਸਟ ਕੰਪਨੀ ਆ ਸੋਨੀ ਲਈ, ਆਪਣੇ ਸਭ ਤੋਂ ਬੈਸਟ ਲੈਂਜ ਲਿਆ ਤੇ ਮੇਰੇ ਨਾਲ ਬਾਂਹ ਬਹੁਤ ਦੁਖਣ ਲੱਗ ਗਈ। ਤੇ ਜੀ ਆਪਣਾ ਜੀ ਇਹੀ ਸੀਗਾ ਵਲੋਗ, ਤੇ ਘਰਦਿਆਂ ਦੇ ਰਿਐਕਸ਼ਨ ਵੀ ਘੈਂਟ ਸੀਗਾ ਕਿਉਂਕਿ ਬਹੁਤ ਜ਼ਿਆਦਾ ਮਿਹਨਤ ਦੇ ਨਾਲ ਆਪਾਂ ਨੇ ਕੈਮਰਾ ਲਿਆ। ਤੇ ਜੀ ਤੁਹਾਨੂੰ ਕਿਵੇਂ ਲੱਗਿਆ ਮੇਰੀ ਬਾਤ ਹੁਣ ਲੱਗ ਗਈ, ਲਾਈਕ ਸ਼ੇਅਰ ਐਂਡ ਫੋਲੋ ਕਰ ਲਿਓ ਤੇ ਕਮੈਂਟਾਂ ਦੇ ਵਿੱਚ ਵਧਾਈਆਂ ਪੱਕਾ ਦੇ ਦਿਓ, ਠੀਕ ਆ। ਤੇ ਥੈਂਕ ਯੂ, ਲਵ ਯੂ ਆਲ।